ਪ੍ਰੇਖਕੋ ਬਾਦ ਇੱਕ ਵਾਰ ਫਿਰ ਤੁਹਾਨੂੰ ਸਭ ਦਾ ਸਵਾਗਤ ਹੈ ਗੁਲਾਬੀ ਸੁੰਡੀ ਦੇ ਨਾਲ ਖਰਾਬ ਹੋਈ ਨਰਮੇ ਦੀ ਫਸਲ ਦਾ ਮੁਆਵਜ਼ਾ ਪੰਜਾਬ ਸਰਕਾਰ ਵੱਲੋਂ ਭਾਵੇਂ ਵੀ ਕਿਪ ਕਿਸਾਨਾਂ ਨੂੰ ਦਿੱਤੇ ਜਾਣ ਦਾ ਦਾਵਾ ਕੀਤਾ ਜਾ ਰਿਹਾ ਪਰ ਕਈ ਪਿੰਡਾਂ ਦੇ ਵਿੱਚ ਅਜੇ ਕਿਸਾਨ ਅਜੇ ਵੀ ਨਹੀਂ ਜਿਨ੍ਹਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਜਿਸ ਤੋਂ ਅਕੀਏ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ਹੇਠਾਂ ਮਾਨਸਾ ਵਿਖੇ ਤਹਿਸੀਲਦਾਰ ਦਫ਼ਤਰ ਦੇ ਪਹਾੜ ਤਰਨਾ ਲਗਾ ਕੇ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਰੋਸ ਮੁਜ਼ਾਰਾ ਕੀਤਾ ਇਸ ਮੌਕੇ ਕਿਸਾਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਮੁਆਵਜ਼ੇ ਤੋਂ ਵਾਂਝੇ ਕਿਸਾਨਾਂ ਨੂੰ ਜੇ ਜਲਦ ਉਹਨਾਂ ਦਾ ਹੱਕ ਨਾ ਮਿਲਿਆ ਤਾਂਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਹੋਰ ਵਧੇਖਾ ਕੀਤਾ ਜਾਵੇਗਾ ਸਾਡੀਆਂ ਇੱਥੇ ਜੀ ਮੁਆਵਜ਼ੇ ਦੀ ਮੰਗ ਹੈ ਜੋ ਪਹਿਲਾਂ ਗਲਾਬੀ ਸੁੰਡੀ ਦਾ ਕਰਕੇ ਨੁਕਸਾਨੀ ਗਈ ਸੀ ਫਸਲ ਹਰੇਕ ਪਿੰਡ ਦੇ ਵਿੱਚ ਨਾਂ ਵਾਲਾ ਤਾਂ 5-5 7-7 ਕਿਸਾਨ ਹਰੇਕ ਪਿੰਡ ਦੇ ਵਿੱਚ ਬਚੇ ਹੋਏ ਨੇ ਜਿਨ੍ਹਾਂ ਦਾ ਮੁਆਵਜ਼ਾ ਨਹੀਂ ਮਿਲਿਆ ਹੁਣ ਇਹ ਜਿਹੜੇ ਕੁਸ਼ਕ ਤਾਂ ਠੇਕੇ ਵਾਲੇ ਨੇ ਉਹਨਾਂ ਨੇ ਅੱਗੇ ਠੇਕਾ ਵੀ ਭਰਨਾ ਹੈ ਕੁਸ਼ਕ ਹੋਰ ਨੇ ਕਿਸਾਨ ਹੋਣ ਜਿਹੜੇ ਵਿਚਾਰੇ ਕਰਜ਼ਾ ਚੱਕੀ ਬੈਠੇ ਨੇ ਉਹਨਾਂ ਨੇ ਕਰਜ਼ਾ ਵੀ ਉਤਾਰਨਾ ਹੈ ਤੇ ਅਸੀਂ ਪਹਿਲਾਂ ਵੀ ਮਾਲ ਵਿਭਾਗ ਨਾਲ ਵੀ ਗੱਲਬਾਤ ਕੀਤੀ ਹੈ ਫੌਰੀ ਤੌਰ ਦੇ ਉੱਤੇ ਅਸੀਂ ਇਹ ਇੱਕ ਇਹ ਸੀਗਾ ਕਿ ਇਹਦੇ ਉੱਤੇ ਇੱਕ ਪ੍ਰੋਗਰਾਮ ਦਈਏ ਤਾਕੇ ਲੋਕਾਂ ਨੂੰ ਲਾਮਬੰਦ ਕਰਕੇ ਜੇ ਮਾਲ ਵਿਭਾਗ ਨੇ ਨਾ ਗਰ ਕੀਤੀ ਤਾਂ ਅਸੀਂ ਫਿਰ ਸੰਘਰਸ਼ ਨੂੰ ਤਿੱਖਾ ਕਰਾਂਗੇ ਮਤਲਬ बार-बार ਦਫ਼ਤਰਾਂ ਦੇ ਧੱਕੇ ਖਾ ਰਹੇ ਆ ਪਰ ਜਿਹੜੇ ਸਰਕਾਰੀ ਅਧਿਕਾਰੀ ਉਹ ਲਾਰੇ ਤੇ ਲਾਰਾ ਲਾ ਰਹੇ ਆ ਇਸ ਨੂੰ ਦੇਖ ਕੇ ਅਸੀਂ ਆਖਿਆ ਵੀ ਯਾਰ ਨਰਮੇ ਦੀ ਫਸਲ ਹੈ ਜਿਹੜੀ ਦਵਾਰੇ ਵੀ ਬੀਜ ਗਈ ਮਾਮਜ਼ਾ ਜੇ ਦਿੱਤਾ ਨਹੀਂ ਗਿਆ ਉਸ ਨੂੰ ਲੈ ਕੇ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਜੇ ਨਹੀਂ ਪਹੁੰਹਣਗੇ ਤਾਂ ਫਿਰ ਇਹਦੂ ਅਗਲਾ ਸੰਘਰਸ਼ ਦੁਬਾਰੇ ਮੀਟਿੰਗ ਕਰਕੇ ਤੈਅ ਕੀਤਾ ਜਾਵੇ